ਆਪਾਂ ਇੱਕ ਤਾਂ ਰੱਬ ਬਾਰੇ ਗੱਲ ਕਰਨੀ ਹੈ ਜੀ, ਤੇ ਇੱਕ ਗੱਲ ਕਰ ਲਈਏ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਜਿਹੜਾ ਅੱਜ ਪਛੜਿਆ ਕਾਰਨ ਹੈ, ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਤੋਂ ਅਸੀਂ ਪਿੱਛੇ ਰਹਿ ਚੁੱਕੇ ਹਾਂ, ਉਹਦਾ ਮੇਨ ਕਾਰਨ ਕੀ ਹੈ ਅੱਜ ਦੇ ਪ੍ਰਚਾਰਕ ਜਾਂ ਅਸੀਂ ਖੁਦ? ਤੇ ਆਪਾਂ ਗੱਲ ਸਟਾਰਟ ਕੀਤੀ ਰੱਬ ਤੋਂ ਕਰੀਏ ਜੀ। ਪਿਛਲੇ ਦਿਨੀ ਮੇਰੇ ਮਨ ਚ ਖਿਆਲ ਆਇਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਘੱਟ ਘੱਟ ਮੈਂ ਹਰ ਜੂ ਵਸੈ, ਗੁਰੂ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਸੀ ਵੀ ਹਰ ਥਾਂ ਰੱਬ ਆ, ਪਰ ਅੱਜ ਕੱਲ ਵੱਖੋ ਵੱਖਰਾ ਰੱਬ ਮੰਨੀ ਬੈਠੇ ਨੇ, ਕੋਈ ਕਿਸ ਤਰ੍ਹਾਂ ਦਾ ਰੱਬ ਮੰਨੀ ਬੈਠਾ, ਕੋਈ ਕਿਸ ਤਰ੍ਹਾਂ ਦਾ ਰੱਬ ਮੰਨੀ ਬੈਠਾ। ਮੇਰੇ ਮਨ ਚ ਵੀ ਖਿਆਲ ਇਹੀ ਆਉਂਦਾ ਸੀਗਾ ਜੀ ਵੀ ਇੱਕ ਪੋਸਟ ਪਾਈ ਜਾਵੇ, ਸਾਰਿਆਂ ਦੇ ਵਿਊ ਲੈ ਜਾਣ ਵੀ ਰੱਬ ਕਿੰਨੇ ਪ੍ਰਕਾਰ ਦੇ ਆ ਤੁਹਾਡੇ ਅਕੋਰਡਿੰਗ। ਜੇ ਮੈਂ ਤੁਹਾਨੂੰ ਪੁੱਛਾਂ ਵੀ ਤੁਹਾਡੇ ਅਕੋਰਡਿੰਗ ਰੱਬ ਕਿੰਨੇ ਪ੍ਰਕਾਰ ਦੇ ਆ, ਤੇ ਕਈ ਵੀਰਾਂ ਨੇ ਵਧੀਆ ਰੈਫਰੈਂਸ ਦਿੱਤਾ ਜੀ ਉੱਤੇ। ਵੀਰ ਹਰਜੀਤ ਸਿੰਘ ਵੀਰੇਵਾਲ ਨੇ ਬਹੁਤ ਬੜਾ ਵਧੀਆ ਕਮੈਂਟ ਲਿਖਿਆ ਸੀ, ਉਹ ਕਹਿੰਦੇ ਵੀ ਭਾਵਨਾਵਾਂ ਨੂੰ ਵੇਖ ਕੇ ਰੱਬ ਘੜ ਲਿਆ ਜਾਂਦਾ ਹੈ, ਬਿਲਕੁਲ ਜੀ ਬਿਲਕੁਲ ਇਦਾਂ ਹੀ ਆ, ਇਦਾਂ ਹੀ ਆ ਬਿਲਕੁਲ ਜਾਂ ਆਪਣੀਆਂ ਇੱਛਾਵਾਂ ਨੂੰ ਵੇਖ ਕੇ ਰੱਬ ਘੜ ਲਿਆ ਜਾਂਦਾ ਵੀ ਮੈਨੂੰ ਕੀ ਚੰਗਾ ਲੱਗਦਾ, ਮੈਨੂੰ ਲੋਕਾਂ ਨੇ ਡਾਇਰੈਕਟਲੀ ਦੇਣਾ ਨਹੀਂ, ਜੇ ਮੈਂ ਰੱਬ ਦੇ ਨਾਂ ਤੇ ਲਵਾਂਗਾ ਲੋਕ ਖੁਸ਼ ਹੋ ਕੇ ਦੇਣਗੇ। ਬਿਲਕੁਲ ਬਿਲਕੁਲ ਉਦਾਂ ਹੀ ਆ ਜੀ। ਹਾਂਜੀ, ਇੱਕ ਵੀਰ ਨੇ ਕਮੈਂਟ ਕੀਤਾ ਸੀਗਾ, ਕਹਿੰਦਾ ਵੀ ਨਵੰਬਰ ਆ ਲੈਣ ਤੇ ਦੱਸ ਦਾਂਗੇ ਰੱਬ ਕਿੰਨੇ ਪ੍ਰਕਾਰ ਦੇ ਹੁੰਦੇ ਆ। ਅੱਛਾ ਚਲੋ ਨਵੰਬਰ ਵੀ ਕਹਿੰਦੇ ਆ ਨਾ ਵੀ ਖਾਲਿਸਤਾਨ। ਚਲੋ ਆਪਾਂ ਇਹ ਵਿਸ਼ੇ ਤੋਂ ਕੁਝ ਨਹੀਂ ਲੈਣਾ ਅੱਜ, ਇਹ ਤੇ ਗੱਲ ਨਹੀਂ ਕਰਨੀ, ਆਪਾਂ ਗੱਲ ਕਰਦੇ ਹਾਂ ਜੀ ਰੱਬ ਬਾਰੇ। ਵੀ ਜਿਵੇਂ ਹਰਜੀਤ ਸਿੰਘ ਵੀਰੇਵਾਲ ਜੀ ਨੇ ਲਿਖਿਆ ਸੀ ਵੀ ਭਾਵਨਾਵਾਂ ਨੂੰ ਵੇਖ ਕੇ ਰੱਬ ਘੜ ਲਿਆ ਜਾਂਦਾ, ਤੇ ਤੁਹਾਡੇ ਵਿਊਜ ਕੀ ਨੇ ਉਸ ਬਾਰੇ ਵੀ ਕਿੱਦਾਂ ਦੀ ਭਾਵਨਾਵਾਂ ਕਿਵੇਂ ਲੋਕਾਂ ਵਿੱਚ ਰੱਬ ਪ੍ਰਚਲਿਤ ਕੀਤਾ ਜਾਂਦਾ? ਇਹ ਜੀ ਜਿਹੜਾ ਪ੍ਰਚਲਿਤ ਰੱਬ ਆ ਨਾ, ਜਿਹੜਾ ਓਪਰੇਟ ਕਰਦਾ, ਜਿਹੜਾ ਚਲਾਉਂਦਾ, ਕਹਿੰਦੇ ਆ ਵੀ ਉੱਪਰ ਬੈਠਾ ਕੋਈ ਵੀ, ਉਹ ਕਹਿੰਦਾ ਉਹਦੀ ਰਾਜਾ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਜੀ ਉਹ ਇੱਕ ਮਨੁੱਖ ਦੇ ਆਪਦੇ ਦਿਮਾਗ ਦੀ, ਇੱਕ ਆਪਦੇ ਦਿਮਾਗ ਦੀ ਗਾੜ ਆ। ਜਿੱਦਾਂ ਉਹਨਾਂ ਨੇ ਕਮੈਂਟ ਕੀਤਾ ਸੀ ਨਾ ਕਿ ਭਾਵਨਾਵਾਂ, ਹੁਣ ਇੱਕ ਕੋਈ ਬੰਦਾ ਸੀ, ਉਹਨੇ ਕੋਈ ਏਦਾਂ ਉਹ ਤੋਂ ਕੋਈ ਜੀਵ ਮਰ ਗਿਆ, ਉਹਦਾ ਜਿਹੜਾ ਮਨ ਪਸੀਜ ਗਿਆ, ਉਹ ਫੀਲਿੰਗ ਆ ਗਈ ਉਹਨੂੰ ਦੇ ਕੇ ਵੀ ਯਾਰ ਇਹ ਮੇਥੋਂ ਬੜਾ ਗਲਤ ਕੰਮ ਹੋ ਗਿਆ। ਉਹਨੇ ਸੋਚ ਲਿਆ ਵੀ ਇਹ ਜੀਵ ਕਿਤੇ, ਇਹ ਜੀਵ ਮਰਨ ਦੇ ਨਾਲ ਕਿਤੇ ਰੱਬ ਨਾਰਾਜ਼ ਹੋ ਜਾਂਦਾ। ਉਹਨੇ ਉਦਾਂ ਧਰਮ ਘੜ ਲਿਆ। ਹੁਣ ਜਿਹੜੇ ਉਹ ਜੈਨ ਧਰਮ ਵਾਲੇ ਆ, ਜੈਨ ਜੈਨ ਸਮਾਜ ਵਾਲੇ ਆ, ਉਹ ਕਹਿੰਦੇ ਆ ਕਿ ਜੇ ਸਾਡੇ ਪੈਰ ਦੇ ਥੱਲੇ ਵੀ, ਈਵਨ ਜੋੜਾ ਵੀ ਨੀ ਪਾਉਂਦੇ, ਕਿ ਆਪਣੇ ਪੈਰ ਦੇ ਥੱਲੇ ਵੀ ਸਾਡੇ ਕੁਛ ਆ ਗਿਆ ਤਾਂ ਰੱਬ ਨੇ ਨਾਰਾਜ਼ ਹੋ ਜਾਣਾ। ਇੱਕ ਪਾਸੇ ਕਿਹਾ ਜਾਂਦਾ ਕਿ ਜੀਵ ਹੱਤਿਆ ਕਰਕੇ ਤੁਸੀਂ ਬਲੀ ਦੇ ਕੇ ਉਸ ਰੱਬ ਨੇ ਖੁਸ਼ ਹੋ ਜਾਣਾ। ਇੱਕ ਪਾਸੇ ਰੱਬ ਜੀਵ ਹੱਤਿਆ ਨਾਲ ਨਾਰਾਜ਼ ਹੁੰਦਾ, ਇੱਕ ਪਾਸੇ ਜੀਵ ਹੱਤਿਆ ਨਾਲ ਰੱਬ ਖੁਸ਼ ਹੁੰਦਾ। ਹੁਣ ਇੱਕ ਇੱਕ ਜਿੱਦਾਂ ਕਹਿ ਰਿਹਾ ਕਿ ਇੱਕ ਰੱਬ ਦਾ ਘਰ ਆ ਜਿਹੜਾ, ਜਿੱਦਾਂ ਮਾਈਆਂ ਦਾ, ਉਹ ਵਾਈਨ ਪੀ ਕੇ ਵੀ ਉੱਥੇ ਚਲੇ ਜਾਂਦੇ, ਉੱਥੇ ਇੱਕ ਰੱਬ ਨਸ਼ਾ ਕਰਕੇ ਖੁਸ਼ ਹੁੰਦਾ, ਇੱਕ ਰੱਬ ਨਸ਼ਾ ਛੱਡ ਕੇ ਖੁਸ਼ ਹੁੰਦਾ। ਹਾਂਜੀ, ਇੱਕ ਮਾਸ ਖਾ ਕੇ ਖੁਸ਼ ਹੁੰਦਾ, ਇੱਕ ਰੱਬ ਵੈਸ਼ਨੂ ਰਹਿ ਕੇ ਖੁਸ਼ ਹੁੰਦਾ, ਇੱਕ ਇੱਕ ਰੱਬ ਮੁੰਡਣ ਕਰਾ ਕੇ ਖੁਸ਼ ਹੁੰਦਾ, ਇੱਕ ਰੱਬ ਵਾਲ ਵਧਾ ਕੇ ਖੁਸ਼ ਹੁੰਦਾ। ਹਾਂਜੀ, ਇੱਕ ਰੱਬ ਖੀਰ ਖਾ ਕੇ ਖੁਸ਼ ਹੁੰਦਾ, ਕਹਿੰਦੇ ਜਿੱਦਾਂ ਹਿੰਦੂ ਸਮਾਜ ਦੇ ਵਿੱਚ ਕਹਿੰਦੇ ਆ ਵੀ ਖੀਰ ਲਿਆਓ ਵੀ ਆਪਾਂ, ਕਹਿੰਦੇ ਕਰ ਪੰਜੀਰ ਪੰਜੀਰੀ ਲਿਆਓ ਵੀ ਆਪਾਂ, ਇੱਕ ਪੰਜਵੇਂ ਪਾਤਸ਼ਾਹ ਸ਼ਬਦ ਕਰਦੇ, ਕਰ ਪੰਜੀਰ ਖਵਾਇਓ ਚੋਰੋ ਜਨਮ ਨਾ ਮਰਿਆ ਰਿਹਾ ਸਾਖਤ ਢੋਰ, ਹੈ ਨਾ ਵੀ ਵੀ ਇੱਕ ਉਹਦਾ ਮੂੰਹ ਤਾਂ ਥੋੜੀ ਜਿਹੀ ਲਾਉਣੀ ਹੁੰਦੀ, ਮੂਰਤੀ ਦੇ ਮੂੰਹ ਤੋਂ ਥੋੜੀ ਜਿਹੀ ਲਾਉਣੀ ਹੁੰਦੀ, ਤੇ ਸਾਰੀ ਖਾਣੀ ਦਾ ਪੁਜਾਰੀ ਨੀ ਹੁੰਦੀ ਆ ਉਹਦਾ, ਕਿਸੇ ਦਾ ਮੀਟ ਖਾਣ ਨੂੰ ਜੀ ਕਰਦਾ ਬਲੀ ਲੈਂਦਾ, ਰੱਬ ਜੀਵ ਹੱਤਿਆ ਕਰਾਉਂਦਾ ਕਿਸੇ ਦਾ। ਹੁਣ ਆਪਣੇ ਆਪ ਦਾ ਕੜਾਹ ਖਾਣ ਨੂੰ ਦਿਲ ਕਰਦਾ ਸੀ, ਆਪਣੇ ਕਹਿੰਦੇ ਕੜਾਹ ਪਸੰਦ ਖਾਂਦਾ, ਪਾਣ ਨਾਲ ਤਾਂ ਥੋੜਾ ਲੱਗਦਾ, ਖਾਣਾ ਤਾਂ ਉਹਨਾਂ ਨੇ ਆਪ ਹੀ ਹੁੰਦਾ। ਇਹ ਤਾਂ ਜਿੱਦਾਂ ਆਪਣੇ ਆਪਣੇ ਮਨ ਦੇ ਖਿਆਲ ਸੀ, ਆਪਣਾ ਜਿਹੜਾ ਮਨ ਦਾ ਜਿਹੜਾ ਕੁਛ ਆਪਾਂ ਚਾਹੁੰਦੇ ਸੀ, ਕਰਨਾ ਚਾਹੁੰਦੇ ਸੀ, ਖਾਣਾ ਚਾਹੁੰਦੇ, ਉਹਦਾ ਇੱਕ ਨਕਲੀ ਰੱਬ ਘੜ ਕੇ ਲੋਕਾਂ ਦੇ ਸਿਰ ਮੱਟਾ, ਇਹ ਭਾਈ ਏਦਾਂ ਏਦਾਂ ਰੱਬ ਖੁਸ਼ ਹੁੰਦਾ। ਬਹੁਤ ਜਿਹੜੀ ਥੋੜਾ ਜਿਹਾ ਦਿਮਾਗ ਆਪਾਂ ਲਾਈਏ ਕਿ ਇੱਕ ਬਹੁਤ ਬਹੁਤ ਵਧੀਆ ਐਗਜ਼ਾਮਪਲ ਆ ਕਿ ਇੱਕ ਰੱਬ ਜੀਵ ਹੱਤਿਆ ਨਾਲ ਖੁਸ਼ ਹੁੰਦਾ, ਇੱਕ ਰੱਬ ਜੀਵ ਹੱਤਿਆ ਕਰ ਹੁੰਦਾ, ਇੱਕ ਰੱਬ ਜੀਵ ਹੱਤਿਆ ਨਾ ਕਰਾ ਕੇ ਖੁਸ਼ ਹੁੰਦਾ। ਹਾਂਜੀ, ਇੱਕ ਗੱਲ ਕਰੀਏ ਜੀ ਆਪਾਂ, ਕਈ ਵੀਰਾਂ ਨੇ ਇਹ ਵੀ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਜਿੱਦਾਂ ਦੀ ਬੰਦੇ ਦੀ ਸੋਚ ਹੁੰਦੀ ਆ ਉਹ ਕ੍ਰੈਡਿਟ ਖੁਦ ਲੈਣਾ, ਉਹ ਜਿਹੜੀ ਚੀਜ਼ ਨੂੰ ਖੁਦ ਪਸੰਦ ਕਰਦਾ ਬਸ ਰੱਬ ਦਾ ਨਾਂ ਲਾ ਕੇ ਆਪ ਹਥਿਆ ਲੈਂਦਾ, ਲੋਕਾਂ ਨੂੰ ਡਰ ਪਾ ਕੇ ਆਪ ਉਹ ਚੀਜ਼ ਪ੍ਰਾਪਤ ਕਰ ਲੈਂਦਾ। ਹਾਂਜੀ ਹਾਂਜੀ, ਇੱਕ ਮਿੰਟ ਮੈਂ ਇੱਥੇ ਐਡ ਕਰਦੇ ਆ, ਜੇ ਕਹੂਗਾ ਨਾ ਅਰਸ਼ਦੀਪ ਸਿੰਘ ਮੇਰਾ ਇਹ ਕੰਮ ਕਰਨ ਨੂੰ ਦਿਲ ਕਰਦਾ, ਤੁਸੀਂ ਤੁਸੀਂ ਸੋਚੋਗੇ ਕਿ ਭਾਈ ਵੀ ਤੁਸੀਂ ਮੈਨੂੰ ਮਨਾ ਵੀ ਕਰ ਸਕਦੇ ਹੋ। ਹਾਂਜੀ ਹਾਂਜੀ, ਜੇ ਤੁਸੀਂ ਕਹੋਗੇ ਵੀ ਆ ਰੱਬ ਆ ਚਾਹੁੰਦਾ, ਹਾਂਜੀ ਰੱਬ ਰੱਬ ਕਹਿੰਦਾ ਵੀ ਆ ਕਰ,
जिस तरह जी गुरु पातशाह जी ने नकारे आ पुजारी कहिंदा सी भी बाबे नानक नूं भी कहा होना जी रब साडे कोले आओ साडा रब इदां कर दिंदा ते बाबे नानक ने कहा होना नहीं भाई मैं तो रब नूं मन्नदा जिहड़ा हर एक थां ते फैलिया होया बिलकुल जिहड़ा निर्भौ आ जिहड़ा निर्वैर आ जिहड़ा इक ओ आ जिहड़ा अरदासां नहीं सुणदा जिहड़ा बेनतियां जोधी जी नूं सुणदा जिहड़ा जिहड़ा किसे तों भयभीत नहीं हुंदा जिहड़ा जिहड़ा किसे दे हुण इक रब इदां दा वी घड़िया वी जिद्दां दे आपां सी जिद्दां दे आपां फुकरे जी आपां नूं कोई चार पंप मारदा अपनी भी बल्ले बल्ले करता कोई भी काम करने वास्ते तैयार हो जाने उदां दा रब घड़ लिया भी आपां उहनूं चार खाना चाहुंदा सीगा जे लोग खुद समझदार हो गए जे उन्होंने यही सोच लिया रब साडे विच फिर मैनू देना बंद कर देणगे ते जिम्मेदार हो गए मैनू देना राशन पानी बंद कर देणगे पुजारी ने सब तो पहला उन्होंने ब्रेन वाश आई की ते भी तू कुछ नहीं कर सकता जो कुछ करूगा रब करूगा तू बस कमाउना मेरे को ले आउना मैं दसूं भी रब की चाहुंदा ते तू उदां दा कुछ करना भाव कि तेरी जिंदगी हां जी इस गल दे विच थोड़ी जी गल मैं ऐड कर दियां तुसी एक मिनट होल्ड कर लो आप भी एक जिद्दां तुसी कहना कि रब ने करना सारा कुछ सहमत बिलकुल 95% लाशां अपने हां ठीक है अपने जिहड़े बंदे जुल्म दे खिलाफ नहीं बोलदे मरिया जमीर वाले मरे हुए लोग बैठे से जिहड़े उत्थे बोले नी मैं कहा कि भाई साहब उत्थे 80-85% लोगों ने दिमाग च आया होना उन्हों का खून खोलिया होना कि भाई भी इन्हें गलत किया बेगुनाह का की कसूर सीगा उहदे गोली मारती ने पर उन्होंने ये कह के उन्होंने आपका मन समझा लिया होना कि रब वेखूगा इन्हों रब वेखू कि ये जिहड़ा कुछ किया इहदों रब भराऊगा जे इहदी शक्ति नाल ना जोड़िया होंदा तां उह जिहड़ा 100-150 बंदा सी जाके किते प्रशासन कोले जाके अपील करदा तां उह बंदे नूं सजा हो सकदी सी अग्गे करके अग्गे वास्ते इहो जिहा क्राइम नहीं होना सीगा बाबर ने हमले किए तो लोग ऐदा ही कहते रब बचाऊगा सानू पर गुरु नानक ने बाबर नू जावर कहा कहते तुसी करना यार तुसी हिम्मत करो आवाज उठाओ धक्का होंदा लोग कह दिंदे भी रब करूगा यार ये जय जी करनगे भन्नगे पर अक्सर विच जी गुरु नानक पातशाह जी ने जिहड़ा सिधांत दिता सी वी यार तू खुद करना है ओह तो असीं पछड़े आ ते इक आपां वड्डी होर गल करिए वी जिहड़ा गुरु नानक पातशाह जी ने सिधांत दिता सी अज कल जिवें प्रचार हो रहा थां थां ते कथा वाचक ने रागी सिंह ने सब तो वड्डी घाट साडे कोल की रही है जां तां प्रचार विच घाट रही है जां साडे सिखण विच घाट रही है जिहड़ी गुरु नानक पातशाह जी दी विचारधारा सी तुहाडे मुताबिक की कमी है जिहड़ी कमी आई है ना जिहड़ा प्रचारकां दा भी जिहड़ा उहनां ने तां धर्म दे नां ते कुछ लैणा सी लै के सानूं देणा सी पर उहनां ने आप दे लैण तक आप दे स्वार्थ तक रख लिया कि साडियां स्टेजां बचियां रहिण सानूं लोक बुलाउंदे रहिण जिन्हां क लोकां दा दिमाग बणिया सी जिन्हां क लोकां दे दिमाग दा दायरा सी उस तरीके नाल उहनां ने गल कीती जी जिद्दां नहीं सोच ओही तुरी आउंदी है कि जिद्दां पहला हुण ब्रह्मा कहिंदा सीगा सॉरी जिहड़ा ब्राह्मण कहिंदा सी भी ब्रह्मा जिहड़ा हिंदू समाज विच कहिंदे सी ब्रह्मा पैदा करदा जिहड़ा ब्रह्मा आउण वाला जिहड़ा बाद च साडे वाले बाबे कहिण लग गए जिहड़ा ओह जिहड़ा ओह नहीं ओह वाहिगुरू बनाउंदा वाहिगुरू करदा वाहिगुरू बनाउंदा
ਹੁਣ ਜਿਹੜੇ ਅੱਜ ਜਿਹੜੇ ਸਾਡੇ ਆਪਣੇ ਆਪ ਨੂੰ ਜਾਗਰੂਕ ਹੁੰਦੇ ਆ ਜਿਹੜੇ ਮਸ਼ੀਨਰੀ ਕਾਲਜਾਂ ਦੇ ਪੜ੍ਹੇ ਹੋਏ ਇਹ ਕਹਿੰਦੇ ਨਹੀਂ ਨਹੀਂ ਉਹ ਕਰਤਾ ਕਰਤਾ ਨੂੰ ਇੱਕ ਚੱਲ ਰਹੇ ਨਿਯਮ ਨੂੰ ਕਹਿਤਾ ਕਿ ਇੱਕ ਪਾਸੇ ਸਥਾਪਿਤ ਕਰਤਾ ਜਿਹਨੂੰ ਇੱਕ ਕਰਤਾ ਇੱਕ ਚੱਲ ਰਿਹਾ ਪ੍ਰੋਸੈਸਿੰਗ ਦੇ ਤੌਰ ਤੇ ਆਇਆ ਸੀ ਸ਼ਬਦ ਉਹਨੂੰ ਪਾਸੇ ਸਥਾਪਿਤ ਕਰਤਾ ਕਿ ਕਰਤਾ ਬਣਾ ਰਿਹਾ ਇੱਕ ਪਰ ਸੋਚ ਤਾਂ ਉਹੀ ਪਾਂਡੇ ਵਾਲੀ ਹੈਗੀ ਨਾ ਉਹੀ ਹਿੰਦੂ ਸਮਾਜ ਵਾਲੀ ਹੈਗੀ ਮੇਰਾ ਮੇਰੀ ਬਾਤ ਸੀ ਉਹ ਕਹਿੰਦਾ ਸੀ ਬ੍ਰਹਮਾ ਬਣਾਉਂਦਾ ਇਹ ਕਹਿੰਦੇ ਉਹ ਇੱਕ ਪਾਸੇ ਇੱਕ ਕਹਿੰਦੇ ਵਾਹਿਗੁਰੂ ਬਣਾਉਂਦਾ ਤੇ ਇੱਕ ਕਹਿੰਦੇ ਕਰਤਾ ਬਣਾਉਂਦਾ ਉਹ ਸੋਚ ਵਿੱਚ ਫਰਕ ਕੀ ਰਹਿ ਗਿਆ ਜੇ ਆਪਾਂ ਕਹੀਏ ਵੀ ਬਸ ਕੱਲਾ ਰੂਪ ਬਦਲਿਆ ਸੋਚ ਉਹੀ ਚੱਲੀ ਆਉਂਦੀ ਹੈ ਵੀ ਸਾਡੇ ਪ੍ਰਚਾਰਕਾਂ ਨੇ ਵੀ ਬਾਬੇ ਨਾਨਕ ਨਾਲ ਦਗਾ ਕਮਾਇਆ ਬਾਬੇ ਨਾਨਕ ਦੇ ਘਰ ਦੇ ਉਹ ਬਣ ਕੇ ਉੱਤਮਾ ਕਹਿ ਕੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਪਰ ਦਗਾ ਕਮਾਇਆ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਅੱਜ ਦੇ ਪ੍ਰਚਾਰਕਾਂ ਨੇ ਰਾਗੀਆਂ ਨੇ ਢਾਡੀਆਂ ਨੇ ਗੱਲ ਕਰੀਏ ਜੀ ਰੱਬ ਦੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਵਧੀਆ ਇੱਕ ਸ਼ਬਦ ਵੀ ਹੈ ਜੀ ਗੁਰਬਾਣੀ ਦੇ ਵਿੱਚ ਕੋਈ ਬੋਲੇ ਰਾਮ ਰਾਮ ਕੋਈ ਅਲਾਈ ਕੋਈ ਸੇਵੇ ਗੋਸਾਈਆਂ ਕੋਈ ਖੁਦਾਏ ਉਹ ਕਹਿੰਦੇ ਵੀ ਕੋਈ ਰਾਮ ਰਾਮ ਕਹੀ ਜਾਂਦਾ ਗੁਰੂ ਸ਼ਬਦ ਮੇਰੇ ਯਾਦ ਨੀ ਵੀ ਭਗਤ ਕਬੀਰ ਸਾਹਿਬ ਹੋਣਾ ਦਾ ਤੇ ਕਹਿੰਦੇ ਵੀ ਕੋਈ ਅੱਲਾ ਅੱਲਾ ਕਰੀ ਜਾਂਦਾ ਕਹਿੰਦੇ ਪਰ ਮੈਂ ਤਾਂ ਇੱਕ ਸਿਸਟਮ ਵੀ ਉਹ ਸਿਸਟਮ ਦੇ ਤਹਿਤ ਸਭ ਕੁਛ ਚੱਲ ਰਿਹਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਅਗਾਂਹ ਵਧੂ ਬਣਾਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬੰਦਾ ਸਿੰਘ ਜੀ ਤੋਂ ਬਾਅਦ ਫਿਰ ਪੁਜਾਰੀ ਨੇ ਆਪਣੇ ਪੈਰ ਕਾਇਮ ਕਰਨ ਦੀ ਸੋਚੀ ਵੀ ਹੁਣ ਕੋਈ ਇੰਨਾ ਸਮਝਦਾਰ ਮੈਨੂੰ ਦਿਸਦਾ ਨੀ ਗਾ ਜਿਹੜਾ ਵੀ ਖੁਦ ਮੁਖਤਿਆਰੀ ਦੀ ਗੱਲ ਕਰ ਸਕੇ ਗੁਰੂ ਸਾਹਿਬ ਜੀ ਦੇ ਨਾਂ ਨਾਲ ਜਿਨ੍ਹਾਂ ਨੇ ਇਹ ਸੋਚ ਨੂੰ ਨਕਾਰਿਆ ਉਹਨਾਂ ਨੇ ਇਹ ਸੋਚ ਗੁਰੂ ਸਾਹਿਬ ਦੇ ਨਾਂ ਤੇ ਮੜਤੀ ਜਿਵੇਂ ਅੱਜ ਕੱਲ ਆਪਾਂ ਸੁਣਦੇ ਹਾਂ ਨਾ ਪਿੱਛੇ ਜੇ ਮੈਂ ਵੀਡੀਓ ਅਪਲੋਡ ਕੀਤੀ ਸੀ ਮਠਿਆਈਆਂ ਵਾਲੀ ਉਹ ਮੈਂ ਗੱਲ ਕੀਤੀ ਸੀ ਦਰਖਤ ਤੇ ਮਠਿਆਈਆਂ ਨਹੀਂ ਲੱਗਦੀਆਂ ਤੇ ਕਈ ਜਿਹੜੇ ਹੈਗੇ ਸੀਗੇ ਪੰਡਿਤ ਸ੍ਰੀ ਚੰਦੀ ਉਹ ਕਹਿੰਦੇ ਵੀ ਏਦਾਂ ਕਿਵੇਂ ਨਹੀਂ ਲੱਗਦੀਆਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮਰੱਥ ਮੰਨਦੇ ਹਾਂ ਉਹ ਮਠਿਆਈਆਂ ਲਾ ਸਕਦੇ ਨੇ ਤੇ ਜਾਂਦੀ ਵਾਰੀ ਆਪਾਂ ਬੇਨਤੀ ਕਰੀਏ ਵੀ ਗੁਰੂ ਪਾਤਸ਼ਾਹ ਜੀ ਮਠਿਆਈਆਂ ਲਾ ਸਕਦੇ ਨੇ ਉਹ ਕਹਿੰਦੇ ਸੀ ਵੀ ਅੱਜ ਵੀ ਅਸੀਂ ਪ੍ਰੂਫ ਕਰ ਦਾਂਗੇ ਇੱਕ ਸਿੰਘ ਸੀਗਾ ਬਾਲਿਆਂ ਵਾਲੀ ਤੋਂ ਨਿਯਮ ਤੋਂ ਬਾਹਰ ਗੁਰੂ ਨਾਨਕ ਸਾਹਿਬ ਆਪ ਕਹਿ ਰਹੇ ਆ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਫਿਰ ਬਾਬੇ ਨਾਨਕ ਨੇ ਹੁਕਮ ਤੋਂ ਬਾਹਰ ਹੋ ਕੇ ਗੱਲ ਕਰਤੀ ਨਿਯਮ ਤੋਂ ਬਾਹਰ ਹੋ ਕੇ ਗੱਲ ਕਰਤੀ ਉਹਨਾਂ ਨੇ ਉਹੀ ਤਾਂ ਗੱਲ ਹੈ ਜੀ ਉਹ ਕਹਿੰਦੇ ਅਸੀਂ ਸਾਖੀਆਂ ਸੁਣਾਈਆਂ ਵੀ ਮਰਦਾਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਜਾ ਰਹੇ ਸੀ ਮਰਦਾਨਾ ਕਹਿੰਦਾ ਜੀ ਮੈਨੂੰ ਭੁੱਖ ਲੱਗੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਕੋਲੇ ਅੱਕ ਦਾ ਪੂਜਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਆਹ ਕੁਕੜੀਆਂ ਗਾਲਾ ਤੇ ਮਰਦਾਨੇ ਨੇ ਸਤ ਕਰਕੇ ਮੰਨਿਆ ਤੇ ਉਹ ਕੁਕੜੀਆਂ ਅੰਬ ਬਣ ਗਈਆਂ ਕਹਾਣੀਆਂ ਸੁਣਾਈਆਂ ਜੀ ਸੋ ਵੀਰ ਜੀ ਸਾਰਿਆਂ ਨੂੰ ਵੱਧ ਤਾਂ ਤੁਸੀਂ ਜਾਂਦੇ ਜਾਂਦੇ ਸਾਨੂੰ ਇੱਕ ਵਿਊ ਦੇ ਕੇ ਜਾਓ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਜਿੰਨਾ ਅਗਾਂਹ ਵਧੂ ਗੁਰੂ ਅਮਰਦਾਸ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੇ ਜਾਂ ਹੋਰ ਭਗਤ ਸਾਹਿਬਾਨਾਂ ਦੀ ਸੋਚ ਨੂੰ ਗੁਰੂ ਸਾਹਿਬਾਨਾਂ ਨੇ ਅਗਾਂਹ ਵਧੂ ਬਣਾਇਆ ਕੀ ਸਾਡੇ ਅੱਜ ਦੇ ਸਿੱਖ ਪ੍ਰਚਾਰਕ ਬਣਾ ਰਹੇ ਨੇ ਜਿਹੜੇ ਸਿੱਖ ਪ੍ਰਚਾਰਕ ਚੁਣਿੰਦਾ ਹੈਗੇ ਆ ਜਿੱਦਾਂ ਭਾਈ ਰਣਜੀਤ ਸਿੰਘ ਅੱਜ ਬਹੁਤ ਵਧੀਆ ਗੱਲ ਕਰ ਰਹੇ ਆ ਬਾਬੇ ਨਾਨਕ ਦੇ ਸਿਧਾਂਤ ਬਾਰੇ ਬਹੁਤ ਵਧੀਆ ਜ਼ਿੰਮੇਵਾਰ ਜ਼ਿੰਮੇ ਲੋਕਾਂ ਨੂੰ ਸਭ ਤੋਂ ਵੱਡੀ ਗੱਲ ਆ ਕਿ ਨੌਜਵਾਨਾਂ ਨੂੰ ਲੋਕਾਈ ਨੂੰ ਸਿੱਖ ਸਮਾਜ ਨੂੰ ਜ਼ਿੰਮੇਵਾਰੀ ਵਾਲੇ ਪਾਸੇ ਲਿਜਾਣ ਦੀ ਗੱਲ ਕਰ ਰਹੇ ਸਾਨੂੰ ਬੜੀ ਉਮੀਦ ਸੀ ਇਹਨੂੰ ਜਾਗਰੂਕ ਜਾਂ ਮਸ਼ੀਨਰੀ ਪ੍ਰਚਾਰਕਾਂ ਤੋਂ ਵੀ ਜਾਂਦਾ ਜਾਂਦਾ ਛੋਟੀ ਜਿਹੀ ਗੱਲ ਕਰਦੇ ਹਾਂ ਕਿ ਜਿੱਦਾਂ ਇਹਨਾਂ ਨੇ ਰੋਵਰਾਂ ਨੂੰ ਕੰਡੈਮ ਕੀਤਾ ਹਾਂਜੀ ਇਹ ਇੱਥੋਂ ਤੱਕ ਤਾਂ ਮੰਨਦੇ ਹੁਣ ਤਾਂ ਭਲਾ ਮੰਨ ਲੈਣਗੇ ਸਰੋਵਰਾਂ ਹੁਣ ਤਾਂ ਹੋ ਸਕਦਾ ਮੰਨ ਲੈਣਗੇ ਸਰੋਵਰਾਂ 'ਚ ਬਹਿ ਕੇ ਸਰੋਵਰਾਂ ਜਿੱਦਾਂ ਚਿੱਟੇ ਕਾਂ ਕਾਲੇ ਹੋਏ ਆ ਤੇ ਕਾਲੇ ਚਿੱਟੇ ਹੋਏ ਹੁਣ ਤਾਂ ਭਲਾ ਮੰਨ ਲੈਣ ਪਰ ਪਹਿਲਾਂ ਇਹਨਾਂ ਨੇ ਉਹ ਚੀਜ਼ ਨੂੰ ਕੰਡੈਮ ਕੀਤਾ ਪਰ ਉਸ ਟਾਈਮ ਤਾਂ ਸਰੋਵਰ ਹੈ ਨਹੀਂ ਸੀ ਉਹ ਇਹਨਾਂ ਨੇ ਇਹ ਸਰਚ ਤੇ ਕੀਤਾ ਨਾ ਕਿ ਬਈ ਜੇ ਸਾਡੇ ਪਾਤਸ਼ਾਹ 35 ਮਹਾਂਪੁਰਖ ਜੇ ਉਹਨਾਂ ਦੀ ਗੰਗਾ 'ਚ ਨਹਾਉਣ ਨੂੰ ਕਹਿ ਸਕਦੇ ਆ ਕਿ ਭਾਈ ਵੀ ਨਹੀਂ ਗੰਗਾ 'ਚ ਨਹਾਉਣ ਨਾਲ ਨਹੀਂ ਕੁਛ ਹੁੰਦਾ ਤਾਂ ਜਿਹੜੇ ਆਪਣੇ ਪਾਤਸ਼ਾਹ ਸੀ ਉਹ ਕਿੱਦਾਂ ਸਰੋਵਰ ਬਣਾ ਕੇ ਆਉਂਦੇ ਕਿ ਇਹ ਇਹਦੇ ਵਿੱਚ ਤੁਸੀਂ ਡੁਬਕੀ ਲਾ ਕੇ ਆਪਦੇ ਜਿਹੜੇ ਜਨਮ ਮਰਨ ਕੱਟਿਆ ਜਾਣਾ ਪਾਪ ਕੱਟੇ ਜਾਣੇ ਆ ਇੱਥੇ ਜਾਗਰੂਕ ਨੂੰ ਵੀ ਇੱਕ ਸਵਾਲ ਆ ਕਿ ਜਿਹੜਾ ਇੱਕ ਭਗਤ ਕਬੀਰ ਸਾਹਿਬ ਨੇ ਇੱਕ ਜਗ੍ਹਾ ਸ਼ਬਦ ਆਉਂਦਾ ਕਿ ਤੁਹਾਡੇ ਰੱਬ ਦੀ ਹਿੱਕ ਤੇ ਚੜ ਜਾਂਦਾ ਜਿਹੜਾ ਘੜਨ ਵਾਲਾ ਪਖਾਣ ਬਣ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ ਸੱਚੀ ਹੈ ਤਾਂ ਉਹ ਕਹਿੰਦਾ ਵੀ ਜੇ ਇਹ ਰੱਬ ਆ ਵੀ ਜੇ ਰੱਬ ਹੈਗਾ ਤਾਂ ਇਹਨੂੰ ਕਿਉਂ ਨੀ ਖਾ ਜਾਂਦਾ ਹਾਂਜੀ ਹਾਂਜੀ ਇਹ ਤਾਂ ਹੈ ਉਹਨਾਂ ਦਾ ਜਿਹੜਾ ਰੱਬੀ ਸਿਸਟਮ ਸੀ ਜਿਹੜਾ ਜਿਹੜੀ ਚੀਜ਼ ਨੂੰ ਉਹ ਇੱਕ ਪਾਸੇ ਸੁਨਤ ਨੂੰ ਰੱਬ ਮੰਨਦੇ ਸੀ ਉਹ ਤੇ ਐਡੇ ਤਕੜੇ ਸਵਾਲ ਕਰਤੇ
एक पास जरीव कौन धर्म रब का एक पास वर्त रखन कहते एडे एडे सवाल खड़े करते जेडे साडे पातशाह एक अपना रब कि खड़ा कर सकते हैं मशीनरी प्रचारक ने जागरूक ने पहला करते रहे पर जैलस के मारे अज यह भाई साहब के उल्ट हो गए ने भी नहीं जी तू गलत तू सही नहीं हो सकता बस एक जैलस इन्होंने ना जिदा नी एक रोंदी जवाक नहीं हुंदा गा उन्हें एक पाला जा बल लैंदा एक पाला जा चो बाहर होए तो मैं रोंद पाऊंगा उदा उदा रोंद पा रहे है इहदा रोंद पा रहे है कि हुण असीं रोवांगे असीं भी जे साडे जिहड़े बाले बड़े होए पाले तो तुसीं बाहर दी गल कीती हां जी हां जी चलो वीर जी कोशिश करांगे जी भी अगली वीडियो दे विच आपां इस विषय दी गल करिए भी सिक्खी नूं ढाल लाउण विच सब तों वध किस दा हत्थ है साडे प्रचारक बाबे जां संप्रदाय सो अज चलो आपां थोड़ी जी गलबात कीती तो सारे वीरां नूं बेनती करांगे जी जे वीडियो वधिया लगे तां शेयर भी कर दिओ आउंदे समें विच आपां थोड़ी गलबात करदे रहांगे जी सो बहुत बहुत धन्नवाद वीर सुखजिंदर सिंह जी साडे नाल बने रहण लई बहुत वधिया व्यू दित्ते तुसीं रब दे विषय ते होर विषयां ते बहुत वधिया गलबात तुहाडी लगी जी सो आउण वाले विषय च आपां गलबात करदे रहांगे जी वाहिगुरू जी का खालसा वाहेगुरु जी।